ਲੱਗਦਾ ਹੈ ਬਿਨਾਂ ਧਰਨੇ ਤੇ ਬਿਨਾਂ ਰੋਸ ਮੁਜ਼ਾਹਰਿਆਂ ਤੋਂ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰਾਂ ਕੰਮ ਨਹੀਂ ਕਰਦੀਆਂ, ਜਿਸ ਕਾਰਨ ਮਜਬੂਰ ਹੋ ਕੇ ਲੋਕਾਂ ਨੂੰ ਸੜਕਾਂ ਤੇ ਉਤਰਨਾ ਪੈਂਦਾ ਹੈ ਅਤੇ ਧਰਨੇ ਮੁਜ਼ਾਹਰੇ ਕਰਨੇ ਪੈਂਦੇ ਹਨ। ਇਸੇ ਕੜੀ ਤਹਿਤ ਹੁਣ ਕਿਸਾਨ ਜਥੇਬੰਦੀਆਂ ਨੇ ਮੁੜ ਤੋਂ SDM ਫਿਲੌਰ ਦੇ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਕਮਾਲਪੁਰ ਅਤੇ ਸਰਕਲ ਗੁਰਿਆਂ ਦੇ ਪ੍ਰਧਾਨ ਤਰਸੇਮ ਸਿੰਘ ਢਿੱਲੋਂ ਨੇ ਦੱਸਿਆ, ਪਿੰਡ ਧਲੇਤਾ 'ਚ ਬਣੀ ਪੰਜਾਬ ਮੰਡੀ ਬੋਰਡ ਦੀ ਇੱਕ ਪੁਲੀ ਜੋ ਕਰੀਬ 20 ਤੋਂ 25 ਪਿੰਡਾਂ ਨੂੰ ਜੋੜਦੀ ਹੈ। ਇਸ ਖਸਤਾ ਹਾਲ ਪੁਲੀ ਤੋਂ ਟਰੈਕਟਰ ਟਰਾਲੀਆਂ ਤੋਂ ਲੈ ਕੇ ਸਕੂਲੀ ਬੱਚਿਆਂ ਦੀਆਂ ਬੱਸਾਂ, ਆਟੋ ਅਤੇ ਹੋਰ ਰਾਹਗੀਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੰਘਦੇ ਹਨ। ਇਹ ਪੁਲੀ ਜੋ ਕਾਫੀ ਖਸਤਾ ਹਾਲਤ ਦੀ ਹੈ, ਜਿੱਥੇ ਆਏ ਦਿਨ ਹੀ ਹਾਦਸੇ ਵਾਪਰ ਰਹੇ ਹਨ। ਇਸ ਪੁਲੀ ਦੀ ਰਿਪੇਅਰ ਲਈ ਉਹ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਨ, ਪਰ ਨਾ ਤਾਂ ਪ੍ਰਸ਼ਾਸਨ ਅਧਿਕਾਰੀਆਂ ਦੇ ਕੰਨਾਂ 'ਤੇ ਜੂੰ ਸਰਕੀ ਹੈ, ਨਾ ਹੀ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਦੇ ਇਸ ਨੂੰ ਠੀਕ ਕਰਨ ਵਿੱਚ ਆਪਣੀ ਦਿਲਚਸਪੀ ਦਿਖਾਈ ਹੈ। ਇਸ ਦੇ ਰੋਸ ਵਜੋਂ ਹੁਣ ਭਾਰਤੀ ਕਿਸਾਨ ਯੂਨੀਅਨ ਦੁਆਬਾ ਮੰਗ ਕਰਦੀ ਹੈ, ਸਮਾਂ ਰਹਿੰਦਿਆਂ ਇਸ ਦੀ ਰਿਪੇਅਰ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ SDM ਦਫ਼ਤਰ ਫਿਲੌਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਧਿਕਾਰੀਆਂ ਦੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਨਾ ਹਲਕਾ ਫਲੌਰ ਦੇ ਧਲੇਤੇ ਪਿੰਡ ਵਿੱਚ ਖੜ੍ਹੇ ਹਾਂ। ਇੱਥੇ ਇੱਕ ਪੁਲੀ ਆ, ਇਹਨੂੰ ਜੇ ਕਹੀਏ ਇਸ ਪੁਲੀ ਦਾ ਨਾਂ ਰੱਖ ਲਓ ਬਈ ਦੁਰਘਟਨਾ ਦਾ ਦੂਜਾ ਨਾਂ ਇਹ ਪੁਲੀ ਆ, ਕਹਿ ਲਓ ਵੀ ਐਕਸੀਡੈਂਟਾਂ ਦਾ ਦੂਜਾ ਨਾਂ ਇਹ ਪੁਲੀ ਆ। ਇਹ ਪੁਲੀ ਨੂੰ ਸਾਨੂੰ ਪ੍ਰਸ਼ਾਸਨ ਨੂੰ ਮੰਗ ਰੱਖਦੇ ਹਾਂ, ਇਹਦੇ ਖਤਰਿਆਂ ਨੂੰ ਦੇਖਦੇ ਹਾਂ। ਸਾਨੂੰ ਇੱਕ ਸਾਲ ਦੇ ਕਰੀਬ ਹੋ ਚੁੱਕਾ, ਇਹ ਜਿਹੜੀ ਪੁਲੀ ਬਣਾਈ ਗਈ ਪਿੰਡ ਵਾਲੀ ਪੰਚਾਇਤ ਵੱਲੋਂ, ਉਹਨੇ ਆਪਣਾ ਸੇਫਟੀ ਦੇਖ ਕੇ ਬਣਾਈ ਆ ਵੀ ਵਾਰ ਵਾਰ, ਕਿਉਂ ਰੋਡ ਇਹ ਮੇਨ ਆ, ਇਹ ਰੋਡ ਘੱਟ ਘੱਟ 20-25 ਪਿੰਡਾਂ ਨੂੰ ਜੋੜਦਾ ਗੁਰਿਆਂ GT ਰੋਡ ਦੇ ਨਾਲ, ਅਤੇ ਇਹਦੇ ਉੱਤੋਂ ਦੀ ਆਮ ਲੋਕ ਵੀ ਲੰਘਦੇ ਆ। ਜਦੋਂ ਫਸਲ ਕੱਟੀ ਜਾਂਦੀ ਆ, ਝੋਨਾ ਕਣਕ ਹੁਣ ਗੰਨਾ ਮੁਹਰੇ ਕੱਟਣਾ, ਉਹ ਇੱਧਰ ਦੀ ਲੰਘਦਾ, ਪਰ ਇਸ ਪੁੜੀ ਦੇ ਕਰਕੇ ਇੱਥੇ ਬਹੁਤ ਹਾਦਸੇ ਹੋ ਹਟੇ ਆ, ਅਤੇ ਕੋਈ ਨਾ ਛੋਟ ਮੋਟੀਆਂ ਦੁਰਘਟਨਾਵਾਂ ਰੋਜ਼ ਹੁੰਦੀਆਂ। ਸਰਕਾਰ ਅਤੇ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ, ਸਾਨੂੰ ਤਕਰੀਬਨ ਇੱਕ ਸਾਲ ਦਾ ਸਮਾਂ ਹੋ ਗਿਆ। ਇੱਥੇ ਜਿਹੜੇ PWD ਦੇ SDO ਫਲੌਰ ਜਾਂ JE ਜਾਂ ਮਹਿਕਮਾ, ਜਿਹੜਾ ਨਹਿਰੀ ਮਹਿਕਮਾ ਜਾਂ ਆਪਣੇ ਸੜਕੀ ਮਹਿਕਮਾ, ਜਾਂ ਕਹਿ ਲਓ ਜਿਹੜੇ BDPO ਨੂੰ, ਸਾਰਿਆਂ ਨੂੰ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ, ਪਰ ਕਿਸੇ ਦੇ ਕੰਨ 'ਤੇ ਜੂੰ ਨਹੀਂ ਸਰਕੀ। SDM ਸਾਹਿਬ ਨੂੰ ਵੀ ਅਸੀਂ ਫੋਨ ਰਾਹੀਂ ਪਹਿਲਾਂ ਦੱਸ ਚੁੱਕੇ ਹਾਂ ਵੀ ਜਿਹੜੀ ਸਮੱਸਿਆ ਸਾਡੀ ਬਹੁਤ ਗੰਭੀਰ ਆ, ਇੱਥੇ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ। ਪਿਛਲੇ ਸਮੇਂ 'ਚ ਸਾਡੇ ਸੱਜਣ ਖੜ੍ਹੇ ਆ ਮੌਜਲਿਆਂ ਤੋਂ, ਇਹਨਾਂ ਦਾ ਟਰੈਕਟਰ ਟੁੱਟਾ, ਬੰਦੇ ਦਾ ਜਾਨੀ ਨੁਕਸਾਨ ਤੋਂ ਬਚ ਗਿਆ ਪਰ ਮਾਲੀ ਨੁਕਸਾਨ ਹੋਇਆ। ਸਾਡੇ ਲੱਲੀਆਂ ਵਾਲੇ ਆ, ਸਾਡੇ ਮਨਜੀਤ ਸਿੰਘ ਜੀ, ਸਾਡੇ ਮੈਂਬਰ ਯੂਨੀਅਨ ਦੇ, ਉਹਨਾਂ ਦਾ ਟਰੈਕਟਰ ਸੀ ਟੁੱਟ ਹਟਿਆ। ਅਸੀਂ ਇਹ ਮੰਗ ਚਾਹੁੰਦੇ ਪੰਚਾਇਤ ਮੈਂਬਰਾਂ ਨੂੰ ਅਤੇ ਨਾਲ ਸਰਕਾਰ ਤੋਂ ਵੀ ਪੰਚਾਇਤ ਸਾਡਾ ਸਾਥ ਦੇਵੇ ਅਤੇ ਸਰਕਾਰ 'ਤੇ ਦਬਾਅ ਪਾ ਕੇ ਜਿਹੜਾ ਮਹਿਕਮਾ ਇੱਥੇ ਨਾ, ਆ ਤੁਸੀਂ ਦੇਖੇ ਖੱਡੇ ਕਿੰਨੇ ਆ, ਜਦੋਂ ਇੱਥੋਂ ਗੰਨਿਆਂ ਦੀ ਟਰਾਲੀ ਮੁੜਦੀ ਆ ਤਾਂ ਪਿੱਛੇ ਉੱਧਰ ਖੰਭਾ ਆ, ਤਾਂ ਇੱਥੇ ਬਹੁਤ ਬੜਾ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ। ਸਾਡੀ ਆ ਸਰਕਾਰ ਦੇ ਜਿਹੜੇ ਮਹਿਕਮੇ ਦੇ ਅਫਸਰਾਂ ਨੂੰ ਤਾੜਨਾ ਆ। ਅਸੀਂ ਮੰਗ ਪੱਤਰ ਦੇ ਹਟੇ ਬਹੁਤ ਵਾਰੀ, ਇਹ ਹੁਣ ਇੱਕ ਚੇਤਾਵਨੀ ਹੈ ਵੀ ਜੇ ਇਹ ਹੱਲ ਜਿਹੜਾ ਪਹਿਲੀ ਤਰੀਕ ਤਾਂ ਨਾ ਹੋਇਆ ਹੱਲ ਇਹ, ਤਾਂ ਅਸੀਂ SDM ਦਫ਼ਤਰ ਧਰਨਾ ਲਾਵਾਂਗੇ। ਉਹ ਧਰਨਾ ਉਨਾ ਚਿਰ ਚੱਲੂਗਾ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ, ਕਿਉਂਕਿ ਇਹ ਜਿਹੜਾ ਇੱਥੇ ਬਹੁਤ ਬੜੀ ਸਮੱਸਿਆ ਆ। ਇਹ ਦੇਖੋ, ਇਹ 20-25 ਪਿੰਡਾਂ ਨੂੰ ਜੋੜਦੀ ਆ ਸੜਕ, ਮੰਡੀ ਗੁਰਿਆਂ ਦਾਣਾ ਮੰਡੀ ਨਾਲ ਵੀ, ਅਤੇ ਜਿਹੜੀ ਗੰਨਾ ਮਿਲ ਆ ਫਗਵਾੜਾ, ਉਹਨੂੰ ਵੀ ਗੰਨਾ ਇੱਧਰ ਦੀ ਜਾਂਦਾ। ਅਤੇ ਅਸੀਂ ਇਹ ਮੰਗ ਰੱਖਦੇ ਹਾਂ ਬਈ ਜੇ ਤਾਂ ਇਹਨੂੰ ਸਾਡੀ 1 ਤਰੀਕ ਤੋਂ ਪਹਿਲਾਂ ਇਹ ਤਿਆਰ ਹੋ ਜਾਂਦੀ ਆ ਤਾਂ ਵਧੀਆ ਗੱਲ ਹੈ, ਜੇ ਨਹੀਂ ਹੁੰਦੀ ਤਾਂ ਉਦੋਂ ਬਾਅਦ ਕਰੜਾ ਸੰਘਰਸ਼ ਜਿਹੜਾ ਇਹਦੇ ਖਿਲਾਫ਼ ਕੀਤਾ ਜਾਊਗਾ। ਭਾਰਤ ਜਿਹੜੀ ਆ ਉਹ ਹੁਣ ਡਟ ਕੇ ਹੱਲ ਕਰਾਊਗੀ ਮਸਲਾ।
ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸੂਬਾ ਮੀਤ ਪ੍ਰਧਾਨ ਹੁਣੀ ਦੱਸਿਆ ਕਿ ਜਿਹੜੀ ਇਹ ਪੁਲੀ ਹੈ ਇਹਦੀਆਂ ਕਿੰਨੀ ਸਮੱਸਿਆਵਾਂ, ਜਿਹੜਾ ਕਿਸਾਨ ਅਤੇ ਮਜ਼ਦੂਰ ਆ ਅੱਗੇ ਬਹੁਤ ਹੀ ਜਿਹੜਾ ਘਾਟੇ ਦੇ ਵਿੱਚ ਜਾ ਰਿਹਾ। ਸੋ ਇਹ ਜਿਹੜੀ ਪੁਲੀ ਆ ਇਹ ਉੱਚੀ ਹੋਣ ਕਾਰਨ, ਜਿਹੜੀ ਸੜਕ ਨੀਵੀਂ ਹੋਣ ਕਾਰਨ ਇੱਥੇ ਬਹੁਤ ਵੱਡੀਆਂ ਦੁਰਘਟਨਾਵਾਂ ਹੋਈਆਂ, ਕਈ ਟਰੈਕਟਰ ਟੁੱਟੇ, ਜਾਨੀ ਮਾਲੀ ਨੁਕਸਾਨ ਵੀ ਹੋਣਾ ਸੀਗਾ ਜੋ ਪਰਮਾਤਮਾ ਨੇ ਹੱਥ ਦੇ ਕੇ ਰੱਖਿਆ। ਸੋ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲਦ ਇਹ ਜਿਹੜੀ ਪੁਲੀ ਆ ਇਹਨੂੰ ਵਧੀਆ ਚੱਲਣਯੋਗ ਬਣਾਇਆ ਜਾਵੇ। ਪਿੱਛੇ ਜਿੱਦਾਂ ਨੀਵਾਂ ਥਾਂ ਉੱਤੇ ਜਿਹੜੀ ਬਜਰੀ ਲੁੱਕ ਵਾਲੀ ਆ ਪਾਈ ਜਾਵੇ, ਤਾਂ ਜੋ ਜਿਹੜੀਆਂ ਲੱਦੀਆਂ ਟਰਾਲੀਆਂ ਆ, ਜਿਹੜੀ ਜਦੋਂ ਗੰਨੇ ਦੀ ਫਸਲ ਹੁੰਦੀ ਹੈ ਲੱਦੀ ਉਹ ਟਰਾਲੀ ਹੁੰਦੀ ਆ, ਉਹ ਪਿੱਛੇ ਖੰਭਾ ਹੋਣ ਕਾਰਨ ਫਸਦੀ ਆ ਅਤੇ ਇੱਥੇ ਟੋਏ ਆ ਇਹਦੇ ਕਰਕੇ ਬਹੁਤ ਫਸਦੀ ਆ। ਕਿਉਂਕਿ ਆਪਾਂ ਇਹ ਬੈਲਟ ਗੰਨੇ ਦੀ ਕਾਫੀ ਦੂਰੋਂ ਗੰਨੇ ਦੀਆਂ ਟਰਾਲੀਆਂ ਆਉਂਦੀਆਂ, ਸਰਕਾਰ ਕਹਿੰਦੀ ਹੈ ਕਿ ਝੋਨਾ ਛੱਡੋ, ਝੋਨਾ ਛੱਡ ਕੇ ਅਸੀਂ ਗੰਨਾ ਬੀਜਦੇ ਹਾਂ, ਪਰ ਸਾਨੂੰ ਇਹ ਸਮੱਸਿਆਵਾਂ ਬਹੁਤ ਆਉਂਦੀਆਂ, ਕਿਤੇ ਰਾਹਾਂ ਦੀ ਸਮੱਸਿਆ, ਕਿਤੇ ਸਾਡੇ ਮਿੱਲਾਂ ਦੇ ਪੈਸਿਆਂ ਦੀ ਸਮੱਸਿਆ, ਕਿਤੇ ਸਾਡੇ ਮਾੜੇ ਬੀਜਾਂ ਦੀ ਸਮੱਸਿਆ। ਸੋ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਪਾਸੇ ਧਿਆਨ ਦੇਵੇ ਅਤੇ ਇਹ ਜਿਹੜੀ ਪੁਲੀ ਦਾ ਜਿਹੜਾ ਰਸਤਾ ਆ ਵਧੀਆ ਤਰ੍ਹਾਂ ਚਲਾਇਆ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸੀਜ਼ਨ ਆ ਰਿਹਾ ਆਪਣੇ ਗੰਨੇ ਦਾ, ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਨੁਕਸਾਨ ਨਾ ਹੋਵੇ, ਅਸੀਂ ਅਪੀਲ ਕਰਦੇ ਹਾਂ। ਪਰ ਜੇਕਰ ਇਹ ਨਹੀਂ ਹੁੰਦਾ, ਉਸ ਤੋਂ ਬਾਅਦ ਜਿੱਦਾਂ ਸਾਡੇ ਪ੍ਰਧਾਨ ਸਾਹਿਬ ਨੇ ਦੱਸਿਆ ਕਿ 1 ਤਰੀਕ ਤੋਂ ਬਾਅਦ ਫਿਰ ਅਸੀਂ ਤਿੱਖਾ ਸੰਘਰਸ਼ ਕਰਾਂਗੇ, ਉਹਦੀ ਜਿਹੜੀ ਜ਼ਿੰਮੇਵਾਰੀ ਹੋਵੇਗੀ ਕੇਵਲ ਅਤੇ ਕੇਵਲ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਕਿਉਂਕਿ ਜੇ ਸਰਕਾਰ ਸਾਡੇ ਨਾਲ ਨਹੀਂ ਖੜ੍ਹਦੀ, ਫਿਰ ਕੱਲ੍ਹ ਨੂੰ ਆਉਣ ਵਾਲੀਆਂ ਵੋਟਾਂ ਵਿੱਚ ਵੀ ਅਤੇ ਹੁਣ ਵੀ ਅਸੀਂ ਵੀ ਫਿਰ ਸਰਕਾਰ ਨਾਲ ਨਹੀਂ ਖੜਾਂਗੇ।